ਪ੍ਰੈਕਟੀਕਲ ਜਵਾਬ ਦੇ ਮੈਨੂੰ ਆਪਸੀ ਸਾਇੰਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਤੇ ਮੈਂ ਹਾਂ ਤਜਿੰਦਰਪਾਲ ਸਿੰਘ। ਆਮ ਤੌਰ 'ਤੇ ਇੱਕ ਗੱਲ ਬਹੁਤ ਮਸ਼ਹੂਰ ਹੈ, ਉੱਚੀ ਦੁਕਾਨ ਫਿੱਕੇ ਪਕਵਾਨ, ਲੇਕਿਨ ਮੈਂ ਇਹਨੂੰ ਥੋੜ੍ਹਾ ਜਿਹਾ ਚੇਂਜ ਕਰਕੇ ਤੁਹਾਨੂੰ ਦੱਸਾਂਗਾ। ਇਹ ਅੱਜ ਕਿਸ ਤਰੀਕੇ ਦੀ ਸਾਬਤ ਹੋਈ ਉਹ ਤੁਹਾਨੂੰ ਦੱਸਦਾ। ਕੋਰਟ ਨੂੰ ਮੈਂ ਦੁਬਾਰਾ ਬੋਲਾਂਗਾ, ਉੱਚੀ ਦੁਕਾਨ ਜ਼ਹਿਰੀਲੇ ਪਕਵਾਨ। ਕਿਉਂ ਕਹਿ ਰਿਹਾ ਮੈਂ ਇਹ? ਆਮ ਤੌਰ 'ਤੇ ਕਿਸੇ ਵੱਡੀ ਦੁਕਾਨ ਨੂੰ ਦੇਖ ਕੇ ਬਹੁਤ ਸਾਰੀ ਉਹਦੇ ਅੰਦਰ ਸਮੱਗਰੀ ਪਈ ਹੋਏ, ਖਾਣ ਪੀਣ ਵਾਲੀ, ਹੋਰ ਵੀ ਤਰ੍ਹਾਂ ਦੀ ਅਸੀਂ ਫਟਾਫਟ ਅੰਦਰ ਵੜ ਜਾਂਦੇ ਹਾਂ, ਕਿਉਂਕਿ ਉਹ ਇੱਕ ਬ੍ਰਾਂਡ ਹੁੰਦਾ ਹੈ। ਇਸੇ ਤਰ੍ਹਾਂ ਦੇ ਇੱਕ ਲਗਭਗ ਭਾਰਤ ਦੇ ਸਭ ਤੋਂ ਵੱਡੇ ਬ੍ਰਾਂਡ ਦਾ ਨਾਮ ਜਿਹੜਾ ਹੈ ਉਹ ਸਾਹਮਣੇ ਆਇਆ ਹੈ ਕਿ ਜ਼ਹਿਰ ਵੇਚਿਆ ਜਾ ਰਿਹਾ ਹੈ। ਗੱਲ ਹੈ ਜੰਮੂ ਦੇ ਗਾਡੀਗੜ੍ਹ ਇਲਾਕੇ ਦੀ। ਗਾਡੀਗੜ੍ਹ ਇਲਾਕੇ ਦੇ ਵਿੱਚ ਇੱਕ ਰਿਲਾਇੰਸ ਦਾ ਸਮਾਰਟ ਪੁਆਇੰਟ ਖੁੱਲ੍ਹਿਆ ਹੋਇਆ ਹੈ। ਉਸ ਸਮਾਰਟ ਪੁਆਇੰਟ ਦੇ ਅੰਦਰ ਬੰਦਾ ਜਦੋਂ ਰਿਲਾਇੰਸ ਦਾ ਨਾਮ ਪੜ੍ਹਦਾ ਹੈ ਤਾਂ ਅੱਖਾਂ ਬੰਦ ਕਰਕੇ ਉਸਦੇ ਅੰਦਰ ਜਾ ਕੇ ਅੱਖਾਂ ਬੰਦ ਕਰਕੇ ਹੀ ਕੋਈ ਵੀ ਸਮਾਨ ਜਿਹੜਾ ਹੈ ਉਹ ਚੁੱਕ ਲੈਂਦਾ ਹੈ, ਕਿਉਂਕਿ ਇੱਕ ਬ੍ਰਾਂਡ ਹੈ, ਉਸਨੂੰ ਵਿਸ਼ਵਾਸ ਹੈ ਕਿ ਇਹ ਬ੍ਰਾਂਡ ਕਦੇ ਗਲਤ ਨਹੀਂ ਕਰੇਗਾ। ਲੇਕਿਨ ਇਸ ਵਾਰ ਗਲਤ ਹੋਇਆ ਹੈ। ਇੱਕ ਸੱਜਣ, ਇੱਕ ਕਸਟਮਰ ਉੱਥੇ ਜਾਂਦਾ ਹੈ, ਸਮਾਨ ਖਰੀਦਦਾ ਹੈ, ਨਾਲ ਹੀ ਇੱਕ ਖਾਣ ਵਾਲੀ ਚੀਜ਼ ਜਿਹੜੀ ਹੈ ਉਹ ਨਾਲ ਹੀ ਖਰੀਦਦਾ ਹੈ। ਮੈਂ ਤੁਹਾਨੂੰ ਦੱਸਦਿਆਂ ਇੱਕ ਬ੍ਰਾਂਡ ਹੈ ਰਿਲਾਇੰਸ, ਫਿਰ ਤੋਂ ਤੁਹਾਨੂੰ ਦੱਸ ਰਿਹਾ, ਉਹ ਇੱਕ ਚੀਜ਼ ਖਰੀਦਦਾ ਹੈ। ਮੈਂ ਨਾਲ ਦੇ ਨਾਲ ਸਕਰੀਨ 'ਤੇ ਉਹ ਪੈਕਟ ਵੀ ਦਿਖਾ ਰਿਹਾ ਹਾਂ, ਸਨੈਕ ਟੈਕ ਨੂਡਲਸ, ਮਸਾਲਾ ਨੂਡਲਸ। ਆਮ ਤੌਰ 'ਤੇ ਮੈਗੀ ਸਾਡੇ ਮੂੰਹ 'ਤੇ ਚੜਿਆ ਹੈ, ਲੇਕਿਨ ਇਸ ਵਾਰ ਇਹ ਸਨੈਕ ਟੈਕ ਮਸਾਲਾ ਨੂਡਲਸ ਜਿਹੜੇ ਨੇ ਉੱਥੋਂ ਉਹ ਖਰੀਦਦਾ ਹੈ, ਜਿਸ ਦੀ ਕੀਮਤ 80 ਰੁਪਏ ਹੈ। ਮਗਰ ਜਦੋਂ ਉਹ ਉਸਨੂੰ ਚੁੱਕਣ ਲੱਗਦਾ ਹੈ ਤਾਂ ਉੱਥੇ ਦੇ ਅਧਿਕਾਰੀ ਜਿਹੜੇ ਨੇ ਅੰਦਰ ਕੰਮ ਕਰਨ ਵਾਲੇ, ਉਹ ਕਹਿੰਦੇ ਨੇ ਕਿ ਸਰ ਇਸ ਦੇ ਉੱਪਰ 50% ਦੀ ਛੂਟ ਹੈ, ਤੁਹਾਨੂੰ 40 ਰੁਪਏ ਦੇ ਵਿੱਚ ਮਿਲੇਗੀ। ਮਗਰ ਜਦੋਂ ਉਸਨੂੰ ਪਤਾ ਚੱਲਦਾ ਹੈ, ਖਰੀਦਣ ਤੋਂ ਬਾਅਦ ਬਿੱਲ ਪੜ੍ਹ ਲੈਂਦਾ ਹੈ ਔਰ ਬਿੱਲ ਲੈ ਕੇ ਜਦੋਂ ਬਾਹਰ ਆਉਂਦਾ ਹੈ, ਬਿੱਲ ਵੀ ਤੁਹਾਨੂੰ ਨਾਲ ਦੇ ਨਾਲ ਦਿਖਾ ਰਹੇ ਹਾਂ, ਸਟੋਰ ਤੋਂ ਬਾਹਰ ਆਉਣ ਤੋਂ ਬਾਅਦ ਜਦੋਂ ਘਰ ਜਾ ਕੇ ਉਸਨੂੰ ਪਤਾ ਲੱਗਦਾ ਹੈ ਕਿ ਇਹ ਤਾਂ ਓਵਰ ਡੇਟ ਹੈ, ਯਾਨੀ ਐਕਸਪਾਇਰੀ ਡੇਟ ਦੀ ਜਿਹੜੇ ਨੂਡਲਸ ਹਨ ਉਹ ਮੈਨੂੰ ਥੋਪ ਦਿੱਤੇ ਗਏ ਹਨ। ਖੁਦਾ ਨਾ ਖਾਸਤਾ ਤੀਸਰੀ ਕਕਸ਼ਾ, ਤੀਸਰੀ ਕਲਾਸ ਦੇ ਵਿੱਚ ਪੜ੍ਹਦੀ ਬੱਚੀ ਨੇ ਉਸ ਦੀ ਡੇਟ ਨਾ ਪੜ੍ਹੀ ਹੁੰਦੀ ਤਾਂ ਸ਼ਾਇਦ ਉਸ ਬੱਚੀ ਨੇ ਜਾਂ ਜਿਸ ਬੰਦੇ ਨੇ ਇਹ ਨੂਡਲਸ ਖਰੀਦੀ ਸੀ ਉਸਦੇ ਕਿਸੇ ਘਰ ਵਾਲੇ ਨੇ ਇਹ ਨੂਡਲਸ ਬਣਾ ਕੇ ਖਾ ਲੈਣੇ ਸੀ, ਔਰ ਫਿਰ ਉਸ ਤੋਂ ਬਾਅਦ ਕੀ ਹੋਣਾ ਸੀ, ਹਸਪਤਾਲ ਜਾਂ ਹੋਰ ਕੋਈ ਐਸਾ ਵੱਡਾ ਹਾਦਸਾ। ਲੇਕਿਨ
ਗੱਲਬਾਤ ਅਸੀਂ ਕੀਤੀ ਉਸ ਕਸਟਮਰ ਦੇ ਨਾਲ, ਸਰਦਾਰ ਰਮਨੀਕ ਸਿੰਘ ਨਾਮ ਹੈ ਉਹਨਾਂ ਦਾ, ਉਹ ਗੱਲਬਾਤ ਵੀ ਤੁਹਾਨੂੰ ਸੁਣਾਉਂਦੇ ਹਾਂ ਅਤੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਾਡੀ ਉੱਚ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਹੋਈ ਹੈ, ਇਹਦੇ ਉੱਤੇ ਪੂਰਾ ਪੂਰਾ ਐਕਸ਼ਨ ਲੈਣ ਦੀ ਵੀ ਜਿਹੜੀ ਤਿਆਰੀ ਹੈ। ਕਿਹਾ ਜਾ ਰਿਹਾ ਹੈ ਕਿ ਅਗਰ ਇਹ ਚੀਜ਼ ਸਹੀ ਸਾਬਤ ਹੋਈ ਤਾਂ ਉਸ ਸਟੋਰ ਦੇ ਉੱਤੇ ਐਕਸ਼ਨ ਵੀ ਲਿਆ ਜਾ ਸਕਦਾ ਹੈ। ਲੇਕਿਨ ਰਮਨੀਕ ਸਿੰਘ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਅਤੇ ਨਾਲ ਹੀ ਉਸ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਉਹ ਵੀਡੀਓ ਜਿਸ ਵੇਲੇ ਉਹ ਜਾ ਕੇ ਉਸਨੇ ਉੱਥੇ ਦੇ ਮੈਨੇਜਰ ਦੇ ਨਾਲ ਗੱਲਬਾਤ ਕੀਤੀ ਔਰ ਮੈਨੇਜਰ ਨੇ ਉਸਦੇ ਨਾਲ ਕਿਸ ਤਰੀਕੇ ਦੀ ਗੱਲਬਾਤ ਕੀਤੀ ਜਦ ਉਸਨੇ ਬਿੱਲ ਵੀ ਔਰ ਉਹ ਜਿਹੜਾ ਨੂਡਲਸ ਨੇ ਉਹ ਉਸਨੂੰ ਦਿਖਾਏ ਕਿ ਤੁਸੀਂ ਮੈਨੂੰ ਐਕਸਪਾਇਰੀ ਡੇਟ ਦੇ ਦਿੱਤੇ। ਆਓ ਦੇਖਦੇ ਹਾਂ ਉਹ ਵੀਡੀਓ ਅਤੇ ਉਸ ਤੋਂ ਬਾਅਦ ਰਮਨੀਕ ਸਿੰਘ ਯਾਨੀ ਕਸਟਮਰ ਦੇ ਨਾਲ ਹੋਈ ਸਾਡੀ ਗੱਲਬਾਤ। ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾ ਰਹੇ ਸੀ? ਮੈਂ ਮੈਨੂੰ ਜਵਾਬ ਦਿਓ ਗੱਲ ਦਾ। ਨਹੀਂ, ਮੈਂ ਤੁਹਾਨੂੰ ਕਹਿਣਾ ਤੁਹਾਨੂੰ ਪੱਖਿਆ ਨਹੀਂ ਜਾਏਗਾ, ਕਿਉਂਕਿ ਤੁਸੀਂ ਚੋਰ ਹੋ, ਤੁਸੀਂ ਚੋਰ ਵਾਲੀ ਗੱਲ ਕੀਤੀ। ਤੁਸੀਂ ਇਹ ਚੋਰ ਨਹੀਂ ਬਣਾਇਆ, ਛੋਟੇ ਛੋਟੇ ਦੁਕਾਨਦਾਰ ਦੇ ਵਿਚਾਰੇ ਖਤਮ ਕਰ ਦਿੱਤੇ, ਲੋਕਾਂ ਨੂੰ ਜੇਲ੍ਹ ਭੇਜ ਦਿਓ। ਫੂਡ ਸਟੈਂਡਰਡ ਸੇਫਟੀ ਅਥਾਰਟੀ ਆਫ ਇੰਡੀਆ ਕੀ ਕਰ ਰਹੀ ਹੈ ਇੱਥੇ? ਉਹਨਾਂ ਨੂੰ ਮਹੀਨੇ ਦਿੰਦੇ ਹੋ, ਪੈਸੇ ਖਿਲਾ ਕੇ ਉਹਨੂੰ ਵੀ ਕੰਮ ਕਰਾ ਰਹੇ ਹੋ, ਇਹ ਸਭ ਤੁਸੀਂ ਐਕਸਪਾਇਰ ਮਾਲ ਵੇਚੋਗੇ? ਇਹਦੀ ਭਾਜੀ ਨੂੰ ਮੈਂ ਤਾਂ ਨਹੀਂ ਕਿਹਾ ਜਿਹੜਾ ਆਏਗਾ ਖਾ ਜਾ ਰਿਹਾ, ਜਿਹੜਾ ਆਏਗਾ ਤੁਸੀਂ ਪ੍ਰੋਡਕਟ ਵੇਚੋ। ਇਹ ਪ੍ਰੋਡਕਟ ਤੁਸੀਂ ਦੇਖ ਰਹੇ ਹੋ, ਇਹ ਸਾਹਮਣੇ ਦੇਖ ਲਓ, ਇਹ ਚੀਜ਼ ਹੈ, ਇਹਦੀ ਡੇਟ ਐਕਸਪਾਇਰ ਹੋ ਚੁੱਕੀ ਹੈ। ਔਰ ਮੈਨੇਜਰ ਸਾਹਿਬ ਤੁਹਾਡੇ ਸਾਹਮਣੇ ਗੱਲਬਾਤ ਕੀਤੀ ਹੈ, ਕਿਵੇਂ ਆਪਣਾ ਪੱਲਾ ਝਾੜ ਰਹੇ ਨੇ। ਇਹ ਆ ਗਿਆ ਦੱਬੇ, ਅਸੀਂ ਬੜੀ ਦੇਰ ਤੋਂ ਉਹਨੂੰ ਕਿਹਾ ਲੇਕਿਨ ਇਹ ਕਿਸੇ ਗੱਲ ਵਿੱਚ ਨਹੀਂ ਆ ਰਹੇ ਨੇ। ਦੇਖ ਲਓ ਤੁਸੀਂ ਇਹ ਬਿੱਲ, ਠੀਕ ਹੈ, 80 ਰੁਪਏ ਦੀ ਚੀਜ਼ ਸਮਝ ਲਓ ਕਿ ਤੁਸੀਂ 80 ਰੁਪਏ ਦਾ ਜ਼ਹਿਰ 40 ਰੁਪਏ ਖਰੀਦ ਕੇ ਆਪਣੇ ਬੱਚਿਆਂ ਨੂੰ ਦੇ ਦਿਓ। ਇਸ ਸਟੋਰ ਵਿੱਚੋਂ ਜਿਸ ਵੇਲੇ ਵੀ ਆਉਂਦੇ ਹੋ, ਮੈਂ ਖਾਲੀ ਰਿਲਾਇੰਸ ਦੇ ਸਟੋਰ ਦੀ ਗੱਲ ਨਹੀਂ ਕਰ ਰਿਹਾ, ਕਿਸੇ ਵੀ ਸਟੋਰ ਵਿੱਚ ਜਾਂਦੇ ਹੋ ਪੈਸੇ ਨਹੀਂ ਦੇਖਿਆ ਕਰੋ, ਡਿਸਕਾਊਂਟ ਨਹੀਂ ਦੇਖਿਆ ਕਰੋ, ਐਕਸਪਾਇਰ ਡੇਟ ਦੇਖਿਆ ਕਰੋ। ਅਸੀਂ ਆਪਣੇ ਬੱਚੇ ਦੀ ਜ਼ਿੰਦਗੀ ਨਾਲ ਨਾ ਚੱਲੋ,
ਪੈਸਾ ਬੜੀ ਚੀਜ਼ ਨਹੀਂ ਹੈ, ਜ਼ਿੰਦਗੀ ਬੜੀ ਹੈ। ਇਹਨਾਂ ਲੋਕਾਂ ਨੇ ਤਾਂ ਪੈਸਾ ਕਮਾਉਣ ਵਾਸਤੇ, ਬਿਜ਼ਨਸ ਕਰਨ ਵਾਸਤੇ ਇਹੋ ਕੰਮ ਕਰ ਰਹੇ ਨੇ, ਲੋਕਾਂ ਦੀ ਬੱਚਿਆਂ ਦੀ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਲਣੇ ਨੇ, ਜ਼ਹਿਰੀਲੇ ਪਦਾਰਥ ਵੇਚ ਕੇ। ਅਤੇ ਤੁਸੀਂ ਫੂਡ ਸਟੈਂਡਰਡ ਸੇਫਟੀ ਅਥਾਰਟੀ ਆਫ ਇੰਡੀਆ, ਮੇਰਾ ਤੁਹਾਨੂੰ ਚੈਲੰਜ ਹੈ ਕਿ ਜਿਸ ਦਿਨ ਮੈਂ ਤੁਹਾਨੂੰ ਇਹ ਕਹਿੰਦਾ ਕਿ ਜਿਸ ਦਿਨ ਮੇਰੇ ਹੱਥ ਤੁਹਾਡੇ ਲੱਗੇ ਪ੍ਰੂਫ ਤਾਂ ਮੇਰੇ ਕੋਲ ਹੈਗੇ ਨੇ, ਰੈੱਡ ਹੈਡ ਤੁਹਾਡੇ ਬੰਦੇ ਪਕੜਾਂਗਾ ਜਿਹੜੇ ਮਹੀਨੇ ਲੈਂਦੇ ਰਹਿਣਾ ਕਰੂੰ, ਛੋਟੀ ਛੋਟੀ ਦੁਕਾਨਾਂ ਜਾ ਕੇ ਤੰਗ ਕਰਦੇ ਨੇ ਅਤੇ ਵੱਡੇ ਵੱਡੇ ਸਟੋਰਾਂ ਵਿੱਚ ਨਹੀਂ ਜਾਣਾ। ਹੈਲੋ ਹੈਲੋ, ਰਮਨੀਕ ਸਿੰਘ ਜੀ ਬੋਲ ਰਹੇ? ਹਾਂਜੀ ਰਮਨੀਕ ਬੋਲ ਰਿਹਾ ਜੀ। ਰਮਨੀਕ ਸਿੰਘ ਜੀ, ਤੁਹਾਡੀ ਮੈਨੂੰ ਕਾਲ ਆਈ ਸੀ ਦੁਪਹਿਰ ਨੂੰ ਜੀ। ਕੀ ਮਸਲਾ ਕੀ ਹੋਇਆ ਸਾਰਾ, ਜਿਹੜਾ ਤੁਸੀਂ ਮੈਨੂੰ ਸਟੋਰ ਦੀ ਇੱਕ ਵੀਡੀਓ ਵੀ ਭੇਜੀ ਹੈ, ਉਹ ਕੀ ਮਸਲਾ ਕੀ ਹੋਇਆ ਸਾਰਾ? ਹਾਂਜੀ ਸਰ, ਐਕਚੁਅਲੀ ਗੱਲ ਇਹ ਹੋਈ ਨਾ, ਅਸੀਂ ਭਾਜੀ 27 ਤਰੀਕ ਨੂੰ ਨਾ ਪਰਸੋਂ ਜੀ ਜੀ ਮੇਰਾ ਇੱਕ ਫਰੈਂਡ ਗਿਆ ਸੀ ਤੇ ਆਇਆ ਤੇ ਉਹਨੇ ਬੋਲਣਾ ਕਿ ਸਮਾਨ ਲੈਣਾ ਹੈਗਾ ਥੋੜਾ ਜਿਹਾ। ਮੈਂ ਕਿਹਾ ਚੱਲ ਚੱਲ ਰਿਹਾ ਰਿਲਾਇੰਸ ਦੇ ਸ਼ੋਰੂਮ ਤੇ ਲੈ ਲੈਂਦੇ ਹਾਂ, ਰਿਲਾਇੰਸ ਦਾ ਜਿਹੜਾ ਸਮਾਰਟ ਸਟੋਰ ਹੈ ਠੀਕ ਹੈ, ਤੋ ਉੱਥੇ ਲੈ ਲੈਣੇ ਆਪਾਂ ਚੱਲ। ਤੇ ਅਸੀਂ ਗਿਆ ਉੱਥੇ ਤੇ ਜਾ ਕੇ ਲਿਆ ਸਮਾਨ ਸਮੂਨ ਲਿਆ ਤੇ ਉਹਨੇ ਕੁਛ 700 ਰੁਪਏ ਦੀ ਖਰੀਦ ਕੀਤੀ, ਜਿਹਦੇ ਵਿੱਚ ਆਊਟ ਆਫ 700 40 ਰੁਪਏ ਦਾ ਇਹ ਪੈਕਟ ਸੀ ਮੈਗੀ ਦਾ ਜੀ ਜੀ। ਜਦ ਉਹਨੇ ਸਾਰਾ ਲੈ ਲਿਆ ਮੈਨੂੰ ਕਹਿੰਦਾ ਰਮਨੀਕ ਵੀਰ ਤੁਸੀਂ ਕੁਛ ਲੈਣਾ ਲੈ ਲਓ। ਐਗਜੈਕਟਲੀ ਮੈਗੀ ਹੈ ਜਾਂ ਕੁਛ ਹੋਰ ਨਾਮ? ਇਹਦਾ ਨਾਮ ਹੈ ਸਨੈਕ ਟੈਕ, ਸਨੈਕ ਟੈਕ ਬਿੱਲ ਉੱਪਰ ਬਿੱਲ ਕਟੋਏਗਾ, ਮਸਾਲਾ ਨੂਡਲਸ। ਨੂਡਲਸ ਓਕੇ, ਮਸਾਲਾ ਨੂਡਲਸ। ਹਾਂ, ਕੰਪਨੀ ਦਾ ਨਾਮ ਹੈ ਸਨੈਕ ਟੈਕ ਤੇ ਉਧਰ ਬਿਲਿੰਗ ਵਿੱਚ ਉਹਨਾਂ ਨੇ ਜੋ ਇੱਥੇ ਲੋਗੋ ਲੱਗੇ ਦਾ ਉਹਦਾ ਉਪਰੋਂ ਉੱਥੇ ਲੱਗਿਆ ਮਸਾਲਾ ਨੂਡਲਸ ਉਹ ਆਏ। ਓਕੇ ਓਕੇ, ਮਤਲਬ ਮੈਗੀ ਨਹੀਂ ਹੈ ਜੀ ਜੀ, ਮਤਲਬ ਹੈ ਮੈਗੀ ਹੋਈ ਨਾ, ਲੇਕਿਨ ਮੈਗੀ ਬਣਾ ਰਿਹਾ ਦੇ ਵਿੱਚ ਇਸ ਨੂੰ ਮੈਗੀ ਕਹਿੰਦੇ ਨੇ ਕਿਉਂਕਿ ਮੈਗੀ ਇੱਕ ਅਲੱਗ ਕੰਪਨੀ ਹੈ। ਬਿਲਕੁਲ ਬਿਲਕੁਲ, ਠੀਕ ਹੈ। ਇਹ ਆ ਗਿਆ ਨੂਡਲਸ, ਮਸਾਲਾ ਨੂਡਲਸ ਸਨੈਕ ਟੈਕ ਕੰਪਨੀ ਦਾ, ਸਨੈਕ ਟੈਕ ਕੰਪਨੀ ਦੇ ਮਸਾਲਾ ਨੂਡਲਸ ਜੀ ਜੀ। ਬਿਲਕੁਲ ਜੀ ਜੀ। ਤੋ ਉਸ ਤੋਂ ਸਰ ਜਿਹੜੇ ਅਸੀਂ ਲੈ ਕੇ ਭਾਜੀ ਚਲਾ ਗਿਆ ਤੇ ਮੈਨੂੰ ਉਹਨੇ ਨਹੀਂ ਬੋਲਣ ਲੱਗਾ ਕਿ ਤੁਸੀਂ ਲੈ ਲਓ ਕੀ ਲੈਣਾ। ਮੈਂ ਕਿਹਾ ਯਾਰ ਮੈਂ ਕੁਛ ਨੀ ਲੈਣਾ, ਤੇ ਮੈਂ ਸਾਹਮਣੇ ਪੈਕਟ ਪਿਆ ਸੀ ਦੇਖਿਆ ਵੱਡਾ, ਮੈਂ ਕਿਹਾ ਚਲੋ ਅੱਛਾ ਹੈ ਮੈਗੀ ਤਾਂ ਅਸੀਂ ਖਾਧੀ ਦੀ ਹੈ, ਪੇਸ਼ ਕੀਤੀ ਹੋਈ ਹੈ, ਆਪਾਂ ਦੇਖ ਲੈਣਾ ਇਹ ਵੀ ਦੇਖ ਲੈਣਾ ਨਵਾਂ ਫਲੇਵਰ ਹੈ ਕੋਈ ਅੱਛਾ ਹੋਣਾ ਕਿ ਇਹਨਾਂ ਦਾ ਕਿਸ ਕੰਪਨੀ ਦਾ, ਨਵੀਂ ਕੰਪਨੀ ਦੇਖੀ ਹੈ। ਤੇ ਨਾਲ ਕਹਿਣ ਲੱਗੇ ਭਾਜੀ ਲੈ ਲਓ, ਮੈਂ ਕਿਹਾ ਕਿੰਨੇ ਦੀ? ਕਹਿੰਦੇ 80 ਰੁਪਏ ਦੀ ਹੈ, ਤੁਹਾਨੂੰ 40 ਦੀ ਮਿਲੇਗੀ, ਇਸ ਲਈ ਆਫ ਚੱਲ ਰਹੀ ਹੈ ਅਸੀਂ ਤੇ। 80 ਦੀ ਡੇਟ ਨੀ ਪੜੀ ਅਸੀਂ ਤਾਂ, ਇਹ ਚੱਕਿਆ ਕਿ ਸਮਾਰਟ ਪੁਆਇੰਟ ਰਿਲਾਇੰਸ ਦੇ ਇਸ ਪੁਆਇੰਟ ਦੇ ਉੱਪਰ ਤੁਹਾਨੂੰ ਓਕੇ ਠੀਕ ਹੈ 50% ਉਹਨਾਂ ਨੇ ਕਹਿ ਦੇ ਡਿਸਕਾਊਂਟ ਹੈ 50%, ਅਸੀਂ ਦੇਖ ਕੇ ਲੈ ਲਈ। ਤੇ ਅਸੀਂ ਦੇਖੋ ਭਾਜੀ ਮੈਂ ਅਸੀਂ ਉਸ ਗੇਟ ਦੇ ਅੰਦਰ ਬੜੇ ਆ, ਦਰਵਾਜੇ ਦੇ ਅੰਦਰ ਬੜੇ ਆ, ਐਂਟਰੀ ਕੀਤੀ ਕਿ ਦੇਖ ਕੇ ਰਿਲਾਇੰਸ ਦਾ ਸਮਾਰਟ ਪੁਆਇੰਟ ਹੈ, ਮਤਲਬ ਤੁਸੀਂ ਪੂਰਾ ਵਿਸ਼ਵਾਸ ਕਰਕੇ ਅੰਦਰ ਗਏ। ਬਿਲਕੁਲ, ਅਸੀਂ ਦੇਖ ਕੇ ਸਮਾਰਟ, ਬਿਲਕੁਲ ਵਧੀਆ ਮਿਲੇਗੀ ਇੱਕ ਰਿਲਾਇੰਸ, ਤੁਹਾਨੂੰ ਪਤਾ ਪੂਰੇ ਇੰਡੀਆ ਚ ਨਾਮ ਹੈ ਇਹਨਾਂ ਦਾ, ਇੰਡੀਆ ਪੂਰੇ ਇੰਡੀਆ ਵਿੱਚ। ਕੋਈ ਰਿਲਾਇੰਸ ਦੇ ਸਟੋਰ ਦੇ ਅੰਦਰ ਜਾਂਦਾ ਹੈ ਤਾਂ ਉਹ ਇਹ ਸੋਚ ਕੇ ਜਾਂਦਾ ਹੈ ਕਿ ਮੈਨੂੰ ਇੱਥੋਂ ਚੀਜ਼ ਅੱਛੀ ਹੀ ਮਿਲੇਗੀ। ਬਿਲਕੁਲ, ਮੈਨੂੰ ਕੰਪਨੀ ਕੁਆਲਿਟੀ ਪ੍ਰੋਡਕਟ ਦੀ ਕੋਈ ਜ਼ਰੂਰਤ ਨਹੀਂ ਪੈਂਦੀ। ਬਿਲਕੁਲ, ਉਹ ਕੌਣ ਡੇਟਾ ਦੇਖੇਗਾ ਕਿਉਂਕਿ ਆਲਰੇਡੀ ਇੰਨਾ ਵੱਡਾ ਨਾਮ ਹੈ ਕੰਪਨੀ ਦਾ। ਠੀਕ ਹੈ, ਬਿਲਕੁਲ ਬਿਲਕੁਲ, ਤੁਸੀਂ ਇਹ ਸੋਚ ਕੇ, ਅਸੀਂ ਆ ਬਿਲਕੁਲ ਅਸੀਂ ਇਹ ਸੋਚ ਕੇ ਲੈ ਲਿਆ। ਮੈਂ ਹੁਣ ਆਪਣੇ ਫਰੈਂਡ ਨੂੰ ਖੁਦ ਰਿਕਮੈਂਡ ਕੀਤਾ, ਚੱਲ ਚੱਲੀ ਉੱਥੋਂ ਲੈ ਲੈਣੇ, ਅਸੀਂ ਇੱਥੋਂ ਲੈ ਕੇ ਆ ਕੇ ਜਿਹੜੇ ਲਿਆ ਤੇ ਮੈਂ ਕਿਹਾ, ਕਹਿੰਦਾ ਤੁਸੀਂ ਕੀ ਲੈਣਾ ਰਮਨੀ? ਕਿ ਮੈਂ ਇਹ ਪੇ ਸੀ, ਮੈਂ ਚੱਕ ਕੇ ਪਾਤੀ, ਮੈਂ ਲਫਾਲ, ਕਹਿੰਦਾ ਜੀ 40 ਰੁਪਏ ਦੀ ਪੇਗੀ, ਮੈਂ ਚੱਕ ਕੇ ਪਾਤੀ, ਉਹਨਾਂ ਨੇ ਬਿਲ ਕਰਾ ਦਿੱਤਾ, ਬਿਲਿੰਗ ਹੋ ਗਈ। ਬਿਲਿੰਗ ਹੋ ਗਈ ਤੇ ਮੀਨ ਵੱਲ ਕੇ ਹੋਇਆ ਕਿ ਜਦੋਂ ਮੈਨੂੰ ਵਾਪਸ ਮੇਰੀ ਸ਼ਾਪ ਤੇ ਛੱਡਣ ਵਾਸਤੇ ਆਇਆ, ਇਹ ਮੈਗੀ ਉਹਦੀ ਗੱਡੀ ਚ ਵਾਪਸ ਚਲਾ ਗਈ, ਉਹਨੇ ਆਪਣੇ ਬੱਚੇ ਵਾਸਤੇ ਸਮਾਨ ਲਿਆ ਘਰ ਵਾਸਤੇ, ਇਹ ਮੈਗੀ ਉਹਦੀ ਗੱਡੀ ਚਲਾ ਗਈ, ਘਰ ਗਿਆ, ਜੈਸੇ ਉਹਦੀ ਬੇਟੀ ਨੇ ਉਠਾਇਆ, ਉਹਦੀ ਬੇਟੀ ਕੋਈ ਥਰਡ ਚ ਪੜਦੀ ਹੈ ਜੀ, ਤੋ ਸਿਆਣੀ ਬੱਚੀ ਹੈ ਤੇ ਉਹ ਸਿਟੀ ਰਹਿੰਦੀ ਹੈ, ਉਹ ਵਿਕਰਮ ਚੌਕ ਰਹਿੰਦੇ, ਤੇ ਉਹ ਚਲਾ ਗਿਆ ਤੇ ਉਹਨੇ ਜਾ ਕੇ ਘਰ ਗਿਆ ਤੇ ਮੈਨੂੰ ਕਹਿੰਦਾ ਵੀਰ ਤੁਹਾਡਾ ਪੈਕਟ ਤੇ ਮੇਰੇ ਕੋਲ ਰਹਿ ਗਿਆ, ਤੇ ਕਹਿੰਦਾ ਚੰਗਾ ਹੋ ਗਿਆ ਤੁਸੀਂ ਨਹੀਂ ਲਿਆ, ਤੁਸੀਂ ਚੰਗਾ ਹੋ ਗਿਆ ਮੇਰੇ ਕੋਲ ਰਹਿ ਗਿਆ, ਤੁਸੀਂ ਤੁਸੀਂ ਜਾਂਦੇ ਤਾਂ ਤੁਸੀਂ ਝੱਟ ਬਣਾ ਕੇ ਖਾ ਲੈਣਾ ਸੀ। ਮੈਂ ਕਿਹਾ ਕਿਉਂ? ਕਹਿੰਦਾ ਮੇਰੀ ਬੇਟੀ ਨੇ ਦੇਖ ਲਿਆ, ਉਹਨੇ ਕਿਹਾ, ਮੈਂ ਕਿਹਾ ਉਹਨੇ ਸੋਚਿਆ ਪਾਪਾ ਨੇ ਮੇਰੇ ਇੱਥੇ ਲਿਆਂਦਾ, ਬੜਾ ਸ਼ੌਂਕ ਕਰਦੀ ਹੈ। ਰਮਨੀ ਜੀ, ਇੱਕ ਗੱਲ ਤੇ ਰੋਕਾਂਗਾ,
ਜਿਸ ਵੇਲੇ ਤੁਸੀਂ ਇਹ ਪੈਕਟ ਓਹਦੇ ਵਿਚ ਪਾਇਆ, ਕਿਆ ਇਸ ਪੈਕਟ ਨੂੰ ਸਕੈਨ ਕਰਕੇ ਬਿੱਲ ਕੱਟਿਆ ਗਿਆ ਸੀ? ਬਿਲਕੁਲ, ਸਕੈਨ ਕਰਕੇ ਬਿੱਲ ਕੱਟਿਆ ਗਿਆ। ਸਕੈਨ ਹੋਇਆ ਸੀ ਇਹਦਾ? ਬਿਲਕੁਲ ਹੋਇਆ, ਬਿਲਕੁਲ ਓਪਨ ਟਰਾਲੀ ਵਿਚ ਪਿਆ ਸੀ। ਜਦ ਉਸ ਬੱਚੀ ਨੇ ਕਿਹਾ ਪਾਪਾ ਇਹ ਮੈਗੀ ਲੈ ਜਾਏਗਾ, ਪਾਪਾ ਇਸ ਕੀ ਤੋਂ ਡੇਟ ਐਕਸਪਾਇਰ ਹੈ। ਉਹ ਬੱਚੀ ਕਹਿਣ ਲੱਗੇ ਪਾਪੇ ਨੂੰ, ਆਪਣੇ ਫਾਦਰ ਨੂੰ, ਉਹ ਕਹਿੰਦਾ ਮੈਨੂੰ ਵੀਰ ਤੁਸੀਂ ਚੰਗਾ ਹੋਇਆ ਨੀ ਲਈ, ਚਲੋ ਮੇਰੇ ਕੋਲ ਆ ਗਈ, ਮੈਂ ਤੈਨੂੰ ਸਵੇਰੇ ਭਜਾ ਦਾਂਗਾ, ਉਹਦੀ ਤਾਂ ਡੇਟ ਐਕਸਪਾਇਰ ਹੈ। ਗਲਤੀ ਕਿਦਾਂ ਹੋ ਗਈ ਯਾਰ, ਤੁਸੀਂ ਸਟੋਰ ਮੈਨੇਜਰ ਹੋ, ਤੁਹਾਡੀ ਡਿਊਟੀ ਹੈ, ਸਟਾਫ ਦੇ ਉੱਪਰ ਕਿਉਂ ਪਾਈ ਜਾ ਰਹੇ ਹੋ? ਮਤਲਬ ਆਪਣਾ ਪੱਲਾ ਝਾੜ ਕੇ ਸਟਾਫ ਹੋਰ ਪਾ ਰਹੇ ਸੀ, ਤੁਹਾਨੂੰ ਵੀ ਜਿਹੜੀ ਵੀਡੀਓ ਭੇਜੀ ਹੈ ਉਹਦੇ ਵਿੱਚ ਵੀ ਦੇਖੋ ਤੁਸੀਂ, ਆਪਣਾ ਪੱਲਾ ਝਾੜ ਕੇ ਉਹਨਾਂ ਪਰ ਪਾ ਰਹੇ, ਛੋਟੇ ਮੁਲਾਜ਼ਮ ਤੇ ਪ੍ਰੈਸ਼ਰ ਪਾ ਰਹੇ। ਹਾਲਾਂਕਿ ਗਲਤੀ ਸਟੋਰ ਮੈਨੇਜਰ ਨੂੰ ਪੁੱਛਿਆ, ਮੈਨੇਜਰ ਸਾਹਿਬ ਤੁਸੀਂ ਸਟੋਰ ਮੈਨੇਜਰ ਹੋ, ਤੁਹਾਡੀ ਕੀ ਮੈਨੇਜਮੈਂਟ ਹੈ? ਤੁਸੀਂ ਇੱਕ ਡਿਸਪੋਜ਼ਲ ਅਲੱਗ ਕਿਉਂ ਨੀ ਰੱਖੇ ਦਾ ਕਿ ਬਈ ਇਹਦੇ ਉੱਪਰ ਲਿਖਿਆ ਹੋਇਆ ਦੂਰੂ ਕੇ ਐਕਸਪਾਇਰੀ ਹੈ, ਯਾਦ ਐਕਸਪਾਇਰੀ ਦੇ ਚੀਜ਼ ਸ਼ੋਰੂ ਕਰਦੇ ਨੀ, ਉਹਨੂੰ ਤਾਂ ਤੁਸੀਂ ਅਲੱਗ ਛੁਪਾ ਕੇ ਰੱਖ ਸਕਦੇ ਹੋ, ਠੀਕ ਹੈ? ਤਾਂ ਕਿ ਕਸਟਮਰ ਹੱਥੀ ਨਾ ਪਾਏ। ਮੈਂ ਲੈ ਕੇ ਆ ਗਿਆ, ਜੈਸੇ ਮੈਂ ਲਿਆ ਤੇ ਫਿਰ ਮੈਂ ਆ ਗਿਆ ਤਾਂ ਉਹਨੇ ਬੋਲਿਆ ਕਿ ਤੁਸੀਂ ਇੱਕ ਕੰਮ ਕਰੋ, ਆਹ ਲੈ ਲਓ, ਮੈਂ ਜਿਹੜਾ ਕੀ ਕਹਿੰਦੇ ਦੂਏ ਦਿਨ ਆ ਕੇ ਉਹ ਦੇ ਗਿਆ। ਮੈਂ ਗੱਲ ਕੀਤੀ, ਉਹ ਬੜਾ ਰਿਊਡਲੀ ਗੱਲ ਕਰਨ ਲੱਗ ਕਰੂ, ਨਹੀਂ ਜੀ ਨਹੀਂ ਤੁਸੀਂ ਜੋ ਕਰਨਾ ਕਰੋ, ਜੇ ਮੈਂ ਤੁਹਾਨੂੰ ਕਿਹਾ ਮੈਂ ਚੇਂਜ ਕਰ ਦਾਂਗਾ, ਹੋਰ ਲੈਣਾ ਇਹਦੇ ਬਦਲੇ ਕੁਛ ਲੈ ਲਓ। ਉਹ ਦੇਖੋ ਤੁਸੀਂ ਮੀਡੀਓ ਚ ਕਿੰਨੀ ਰਿਊਡਲੀ ਗੱਲ ਕਰ ਰਿਹਾ। ਹੁਣ ਮੈਨੂੰ ਅਕਸਰ ਵੀ ਸੁਣਨ ਚ ਆਇਆ ਕਿ ਜਿਹੜੇ ਕਸਟਮਰ ਜਾਂਦੇ ਨੇ ਉਹਨਾਂ ਦਾ ਬਿਹੇਵੀਅਰ ਉਹਦਾ ਠੀਕ ਨਹੀਂ ਹੈ, ਬਦਤਮੀਜ ਬੋਲਦਾ, ਸਟਾਫ ਨਾਲ ਵੀ ਉਹਦੀ ਅੱਛੀ ਨਹੀਂ ਹੈ। ਤੁਸੀਂ ਜਿਹੜੇ ਰਿਲਾਇੰਸ ਪੁਆਇੰਟ ਤੇ ਕਿਸੇ ਹਾਇਰ ਅਥਾਰਟੀ ਦੇ ਨਾਲ ਗੱਲ ਕੀਤੀ? ਬਿਲਕੁਲ, ਮੈਂ ਉਹਨਾਂ ਦੇ ਕਿਸੇ ਨੀ ਸਟੋਰ ਮੈਨੇਜਰ ਈਵਨ ਉਹਨਾਂ ਨਾਲ ਨਹੀਂ ਗੱਲ ਕੀਤੀ ਮੈਂ। ਫਿਰ ਇਸ ਤੋਂ ਬਾਅਦ ਮੈਂ ਮੀਡੀਆ ਚ ਜਾ ਕੇ ਨਿਊਜ਼ ਦਿੱਤੀ। ਹਾਂ, ਇੱਕ ਮੇਰੀ ਉਹਨਾਂ ਨਾਲ ਗੱਲ ਹੋਈ ਹੈ, ਜੋ ਡਿਪਟੀ ਕੰਟਰੋਲਰ ਜੋ ਹੈ ਨਾ ਫੂਡ ਐਂਡ ਸਪਲਾਈ ਦੇ, ਜਿਹੜੇ ਇਹਨਾਂ ਦੇ, ਉਹਨਾਂ ਨਾਲ ਗੱਲ ਹੋਈ ਹੈ। ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਐਸੀ ਗੱਲ ਨਹੀਂ, ਇੱਥੇ ਸਖ਼ਤ ਕਾਰਵਾਈ ਹੋਏਗੀ। ਸਖ਼ਤ ਕਾਰਵਾਈ ਹੋਏਗੀ, ਬਿਲਕੁਲ, ਹਾਂਜੀ ਬਿਲਕੁਲ। ਅਸੀਂ ਤੁਹਾਡੀ ਇਹ ਕਾਲ ਜਿਹੜੀ ਹੈ ਰਿਕਾਰਡ ਕੀਤੀ ਔਰ ਅਸੀਂ ਲੋਕਾਂ ਨੂੰ ਇਹ ਸੁਣਾਵਾਂਗੇ, ਤਾਂ ਕਿ ਬਿਲਕੁਲ ਜਨਾਬ ਜੀ ਬਿਲਕੁਲ, ਕਿਉਂਕਿ ਅਸੀਂ ਅਵੇਅਰ ਹੋ ਸਕੇ। ਤੁਸੀਂ ਵੀਡੀਓ ਵਿੱਚ ਦੇਖਿਓ ਨਾ, ਮੇਰਾ ਮਕਸਦ ਹੀ ਇਸ ਚੀਜ਼ ਦਾ ਲਗਾਉਣ ਦਾ ਕਿ ਲੋਕਾਂ ਨੂੰ ਅਵੇਅਰਨੈਸ ਦੇਣੀ ਕਿ ਜਾ ਕੇ ਮਹਿੰਗੀਆਂ ਚੀਜ਼ਾਂ ਮਤ ਖਰੀਦ ਬੇਚਾ ਖਰੀਦੋ, ਤੁਸੀਂ ਖਰੀਦੋ, ਪੈਸਾ ਨਹੀਂ ਦੇਖੋ, ਪ੍ਰਾਈਸ ਨਹੀਂ ਦੇਖੋ, ਉਹਦੇ ਤੇ ਜਿਹੜਾ ਐਕਸਪਾਇਰੀ ਦੇਖ ਕੇ ਲਿਆ ਕਰੋ, ਚਾਹੇ ਉਹ ਰਿਲਾਇੰਸ ਦਾ ਸਟੋਰ ਹੋਏ ਚਾਹੇ ਕੋਈ ਹੋਰ ਹੋਏ, ਰਿਲਾਇੰਸ ਇੱਕ ਬ੍ਰਾਂਡ ਹਨ, ਉਸੇ ਤੇ ਅਸੀਂ ਅੱਖਾਂ ਬੰਦ ਕਰਕੇ ਜਾਂਦੇ ਹਾਂ, ਅੱਖਾਂ ਬੰਦ ਕਰਕੇ ਜਾਣ ਦਾ ਤੁਹਾਨੂੰ ਨੁਕਸਾਨ ਹੋ ਸਕਦਾ ਸੀ। ਬਿਲਕੁਲ, ਇਸ ਕਰਕੇ ਕਿਸੇ ਦੀ ਅੱਖਾਂ ਬੰਦ ਕਰਕੇ ਕਿਸੇ ਤੇ ਵੀ ਵਿਸ਼ਵਾਸ ਨਹੀਂ ਕਰਨਾ, ਚਾਹੇ ਉਹ ਰਿਲਾਇੰਸ ਹੈ ਚਾਹੇ ਕੋਈ ਹੋਰ ਹੈ ਚਾਹੇ ਕੋਈ ਮਾਰਟ ਹੈ, ਹਮੇਸ਼ਾ ਅੱਖਾਂ ਖੋਲ ਕੇ ਚੀਜ਼ਾਂ ਲਓ, ਐਕਸਪਾਇਰੀ ਡੇਟ ਕੇ ਦੇਖੋ, ਪ੍ਰਾਈਸ ਤੁਹਾਡੀ ਆਪਣੇ ਆਪ ਆ ਜਾਣੀ ਬਿੱਲ ਵਿੱਚ ਕਿੰਨੀ ਹੈ। ਠੀਕ ਠੀਕ ਹੈ ਸਰ, ਬਹੁਤ 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 ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ ਜੀ। ਇਹ ਵੀਡੀਓ ਅਸੀਂ ਜਿਹੜੀ ਆਡੀਓ ਹੈ ਅਸੀਂ ਲੋਕਾਂ ਨੂੰ ਵੀ ਸੁਣਾਵਾਂਗੇ। ਬਿਲਕੁਲ ਜੀ, ਧੰਨਵਾਦ, ਓਕੇ।